ਵਧਿਆ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਵਕਤ ਇੱਕ ਚਿਹਰਾ ਖੂਬ ਚਰਚਿਤ ਹੈ ਨਾਮ ਹੈ ਲਾਭ ਸਿੰਘ ਉਗੋਕੇ ਜਿਸ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਦੇ ਵਿੱਚ ਹਰਾ ਦਿੱਤਾ ਲਾਭ ਸਿੰਘ ਉਗੋਕੇ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਵਜੋਂ ਸਾਰੇ ਜਾਣਦੇ ਨੇ ਪਰ ਅੱਜ ਅਸੀਂ ਤੁਹਾਨੂੰ ਉਗੋਕੇ ਦੇ ਵਿਧਾਇਕ ਬਣਨ ਤੱਕ ਦੇ ਸੰਘਰਸ਼ ਭਰੇ ਜੀਵਨ ਬਾਰੇ ਦੱਸਾਂਗੇ ਰਿਪੋਰਟ ਦੇਖੋ भदौर से लाभ सिंह उगोके। कौन है ये लाभ सिंह उगोके? मोबाइल रिपेयर करने वाली दुकान में नौकरी करता है। मोबाइल रिपेयर करने वाली दुकान में नौकरी करता है। उनकी माताजी एक सरकारी स्कूल के अंदर सफाई कर्मचारी का काम करती हैं। उनके पिताजी खेतों में मजदूरी करते हैं। लाभ सिंह उगोके वो नाम जो किसी पहचान का मोहताज नहीं, वो शख्स जिसने भदौर दे विच सीएम चरणजीत सिंह चन्नी नूं हराया सी अते वो भी करीब 38,000 वोटां दे नाल। जित दा ये अंतर घट नहीं हुंदा अते वो भी अजिहे वक्त विच जदों तुहाडे सामने मैदान दे विच कोई धुरंधर होवे। मैं हल्के दे पुत बन के हल्के दे लोकां दा भरा बन के 2013 दे आखरी महीनियां च उन्हां दीआं समस्यावां दे लई आवाज उठाउंदा रहा। तंग गलियां दे विचाले दो कमरियां दा एक छोटा जिहा मकान। लाभ सिंह एक सधारण परिवार तों है। इन्हां गलियां दे विच छोटे जिहे घर विच उसदा बचपन बीतिया। संघर्ष दी दास्तां अजिही है जिस ते शायद तुहानूं यकीन ना होवे। बेटा किहड़े हालातां विचों इत्थों तक पहुंचिआ है ये तो एक माँ ही दस सकती है। स्कूल दे विच झाड़ू लाउंदी ते साफ सफाई करदी ये महिला लाभ सिंह दी माँ है जिसने कदे सोचा भी नहीं सी कि एक दिन उसका बेटा इसे झाड़ू दे सहारे सियासत दे विच कदम रखेगा अते झाड़ू उसकी जित दा आधार बनेगा। हाँ जी हाँ सीगा सानू जितूगा साढ़े भरावां दा साथ सी उहदे दा साढ़े नगर दा साथ सी जिन्ने हल्के उन्हां दा साथ सी ते भगवंत मान दा साथ सी सानू। नहीं जी थोड़ा जा दो तीन महीने तो नहीं लग्या तो उस बाद सानू लग गया सी भी कुछ ना कुछ लैके डिगूगा। हुण तुहानू ओह छोटी जी दुकान दिखाउंदे आं जिथे भदौड़ दे एमएलए यानी लाभ सिंह उगोके कदे मोबाइल दी दुकान ते काम करदे सन। इह है ओह दुकान जिथे लाभ सिंह ने 3 साल तक काम कीता। परिवार नू अज भी उसते संघर्ष भरे दिन याद ने। ਕੋਈ ਸੋਚ ਨਹੀਂ ਸੀ ਸਾਡੇ ਕੋਲ ਪਹੁੰਚ ਹੀ ਨਹੀਂ ਸੀ ਇੰਨੀ। ਅਸੀਂ ਤਾਂ ਗਰੀਬ ਘਰ ਸੀਗਾ ਦਿਹਾੜੀ ਕਰਕੇ ਬੱਚੇ ਦਾ ਮਸਾਂ ਪਾਲਿਆ। ਐਮ ਐਲ ਏ ਦੀ ਪਹੁੰਚ ਸਾਡੇ 'ਚ ਕਿੱਥੇ ਸੀਗੀ? ਦੇਖੋ ਜੀ ਉਦੋਂ ਤਾਂ ਇਹਨਾਂ ਦੀ ਮੋਬਾਈਲਾਂ ਦੀ ਦੁਕਾਨ ਹੀ ਸੀਗੀ ਤੇ ਕੰਪਿਊਟਰ ਕੋਰਸ ਕੀਤਾ ਸੀਗਾ ਬਸ ਮੋਬਾਈਲਾਂ ਦੀ ਦੁਕਾਨ ਹੀ ਕਰਦੇ ਸੀਗੇ। ਇੰਨਾ ਅਸੀਂ ਸੋਚਿਆ ਨਹੀਂ ਸੀਗਾ ਵੀ ਐਮ ਐਲ ਏ ਦੀ ਸੀਟ ਜਿੱਤਣਗੇ। ਲਾਭ ਸਿੰਘ ਉਗੋਕੇ ਦਾ ਜਨਮ 6 ਅਕਤੂਬਰ 1986 ਨੂੰ ਹੋਇਆ। ਪਿੰਡ ਤੋਂ ਹੀ ਮੁੱਢਲੀ ਪੜ੍ਹਾਈ ਕੀਤੀ। 12ਵੀਂ ਦੇ ਬਾਅਦ ਮੋਬਾਈਲ ਰਿਪੇਅਰ ਅਤੇ ਪਲੰਬਰ ਦਾ ਡਿਪਲੋਮਾ ਕੀਤਾ। 3 ਸਾਲ ਤੱਕ ਪਿੰਡ ਦੇ ਵਿੱਚ ਮੋਬਾਈਲ ਰਿਪੇਅਰ ਦੀ ਦੁਕਾਨ ਕੀਤੀ। ਸਾਲ 2013 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ। 2017 ਦੇ ਵਿੱਚ ਵੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਪਰ ਕਿਸਮਤ ਦਾ ਤਾਲਾ ਖੁੱਲ੍ਹਿਆ 2022 ਦੇ ਵਿੱਚ ਜਦੋਂ ਆਪ ਨੇ ਭਦੌੜ ਤੋਂ ਲਾਭ ਸਿੰਘ ਉਗੋਕੇ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ। ਭਦੌੜ ਤੋਂ ਸੀਐਮ ਚੰਨੀ ਆਪਣੀ ਕਿਸਮਤ ਅਜਮਾ ਰਹੇ ਸਨ। ਲਿਹਾਜ਼ਾ ਸੂਬੇ ਦੀ ਨਹੀਂ ਦੇਸ਼ ਭਰ ਦੀ ਇਹ ਹੌਟ ਸੀਟ ਸੀ। ਇੱਕ ਨੌਜਵਾਨ ਜਿਸ ਨੂੰ ਨਾ ਸਿਆਸਤ ਦਾ ਤਜਰਬਾ ਸੀ ਤੇ ਨਾ ਹੀ ਕੋਈ ਮਹਾਰਤ ਹਾਸਲ ਸੀ। ਸਾਹਮਣੇ ਸਨ ਚਰਨਜੀਤ ਸਿੰਘ ਚੰਨੀ ਪਰ ਜਦੋਂ ਰਿਜ਼ਲਟ ਆਇਆ ਤਾਂ ਨਤੀਜੇ ਹੈਰਾਨ ਕਰਨ ਵਾਲੇ ਸਨ। ਅਰਵਿੰਦ ਕੇਜਰੀਵਾਲ ਨੇ ਜੋ ਦਾਅਵਾ ਕੀਤਾ ਸੀ ਠੀਕ ਵੈਸਾ ਹੀ ਹੋਇਆ। ਜਿਸ ਦਿਨ ਨਤੀਜੇ ਆਏਗੇ ਉਸ ਦਿਨ ਹੀ ਚਲਾ ਦੇਣਾ। ਮੈਂ ਬਿਲਕੁਲ ਚਲਾਉਂਗਾ ਜੀ। ਦੋਨੋਂ ਸੀਟੇ ਹਾਰ ਰਹੇ। ਪਿੰਡ ਵਾਸੀ ਵੀ ਇਸ ਗੱਲ ਤੋਂ ਖੁਸ਼ ਨੇ ਕਿ ਲਾਭ ਸਿੰਘ ਭਦੌੜ ਤੋਂ ਵਿਧਾਇਕ ਬਣੇ ਨੇ ਅਤੇ ਇੱਕ ਦਿਨ ਉਹ ਇਸ ਪਿੰਡ ਦੀ ਤਸਵੀਰ ਬਦਲਣਗੇ। ਇਹ ਪਤਾ ਕੀ ਹੈ, ਪਹਿਲਾਂ ਮੁੰਡਾ ਮਿਹਨਤ ਕਰ ਰਿਹਾ ਸੀ ਬਹੁਤ ਜ਼ਿਆਦਾ। ਇਹਨੇ ਮੋਬਾਈਲਾਂ ਦੀ ਦੁਕਾਨ ਕਰੀ ਜੀ। ਕੀ ਕਰਿਆ, ਇੱਥੋਂ ਦੁਕਾਨ ਛੱਡ ਕੇ ਪਾਰਟੀ ਨਾਲ ਲੜਿਆ ਜੀ। ਪਾਰਟੀ ਨਾਲ ਲੜ ਕੇ ਇਹਨੇ ਆਪਦੀ ਮਿਹਨਤ ਕਰੀ। ਇਹਨੇ ਕੰਮ ਬਹੁਤ ਚੰਗੇ ਕਰੇ ਆ, ਇਸ ਕਰਕੇ ਪਿੰਡ ਨੇ ਸਾਥ ਬਹੁਤ ਦਿੱਤਾ ਜੀ ਇਹਦਾ। ਅਸੀਂ ਇਹੋ ਜੀ ਆਹ ਦੁਕਾਨ ਕਰ ਲਈ ਤੇ ਬਸ ਕੇ ਕਿਹਾ ਖੇਤੋਂ ਪੱਠੇ ਵੱਢ ਕੇ ਲਿਆ ਕੇ ਕੁੱਟਰ ਕੇ ਮੱਝ ਨੂੰ ਪਾਉਣ ਦਾ ਦੁਕਾਨ ਤੇ ਆ ਜਾਂਦਾ। ਮੋਬਾਈਲਾਂ ਦੀ ਰਿਪੇਅਰ ਦਾ ਕੰਮ ਸਿੱਖ ਕੇ ਆਏ ਸੀਗੇ। ਉਹ ਤੋਂ ਬਾਅਦ ਇਹਨਾਂ ਨੇ ਤੇ ਸਾਲ 6 ਮਹੀਨੇ ਦੁਕਾਨ ਕਰੀ, ਉਸ ਤੋਂ ਬਾਅਦ ਚੰਗਾ ਰਿਸਪੋਂਸ ਨਾ ਮਿਲਣ ਕਰਕੇ ਇਹਨਾਂ ਨੇ ਕੰਮ ਛੱਡ ਦਿੱਤਾ।
ਉਸ ਤੋਂ ਬਾਅਦ ਇਹ 2013 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜ ਗਈ ਤਾਂ ਲਗਾਤਾਰ ਉਹਨਾਂ ਉਸ ਪਾਰਟੀ ਦਾ ਸਾਥ ਦਿੰਦੇ। ਜਿਸ ਸਕੂਲ ਦੇ ਵਿੱਚ ਮਾਂ ਸਫਾਈ ਦਾ ਕੰਮ ਕਰਦੀ ਹੈ, ਲਵ ਸਿੰਘ ਇਸੇ ਸਕੂਲ ਦਾ ਵਿਦਿਆਰਥੀ ਰਹਿ ਚੁੱਕਿਆ ਹੈ। ਸਕੂਲ ਦੀ ਪ੍ਰਿੰਸੀਪਲ ਵੀ ਇਸ ਗੱਲ ਤੋਂ ਖੁਸ਼ ਹੈ ਕਿ ਲਵ ਸਿੰਘ ਨੇ ਆਪਣੇ ਪਿੰਡ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੂੰ ਇਸ ਗੱਲ ਤੇ ਮਾਣ ਹੈ ਕਿ ਲਵ ਸਿੰਘ ਦੀ ਮਾਂ ਨੇ ਸਕੂਲ ਦੇ ਵਿੱਚ ਸਫਾਈ ਦਾ ਕੰਮ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਾਨੂੰ ਵੀ ਬੜਾ ਮਾਣ ਮਹਿਸੂਸ ਹੁੰਦਾ ਕਿ ਲਵ ਸਿੰਘ ਉੱਗੋ ਕੇ ਇਸੇ ਸਕੂਲ ਦੇ ਵਿਦਿਆਰਥੀ ਨੇ ਤੇ ਉਹਨਾਂ ਨੇ ਇਸ ਸਕੂਲ ਦਾ, ਇਸ ਪਿੰਡ ਦਾ, ਆਪਣੇ ਪੇਰੈਂਟਸ ਦਾ, ਇਸ ਏਰੀਆ ਦਾ ਜਿਹੜਾ ਨਾਮ ਹੈ ਰੋਸ਼ਨ ਕੀਤਾ। ਲਵ ਸਿੰਘ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਅਤੇ ਸੀਐਮ ਚਰਨਜੀਤ ਸਿੰਘ ਚੰਨੀ ਵਰਗੇ ਆਗੂ ਨੂੰ 37,550 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ ਹੈ। ਕਾਂਗਰਸ ਦੇ ਕਦਾਵਰ ਨੇਤਾ ਨੂੰ ਹਰਾ ਕੇ ਉਹਨਾਂ ਨੇ ਖੂਬ ਸੁਰਖੀਆਂ ਬਟੋਰੀਆਂ। ਹੁਣ ਲਵ ਸਿੰਘ ਉੱਗੋਕੇ ਦੇ ਸਾਹਮਣੇ ਜਨਤਾ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਚੁਣੌਤੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਵਿਧਾਨ ਸਭਾ ਤੱਕ ਪਹੁੰਚਾਇਆ। ਲਾਭ ਸਿੰਘ ਦਾ ਘਰ, ਇਹ 2 ਕਮਰੇ ਦਾ ਘਰ ਹੈ ਲਾਭ ਸਿੰਘ ਦਾ। ਇੱਥੇ ਜੋ ਲਾਭ ਸਿੰਘ ਨੇ ਬਚਪਨ ਵੀ ਇੱਥੇ ਬਿਤਾਇਆ, ਉਹਨਾਂ ਨੇ ਮਾਤਾ ਜੀ ਸਰਕਾਰੀ ਸਕੂਲ ਵਿੱਚ ਸਲਿੱਪਰ ਦੇ ਕੰਮ ਕਰਦੇ ਨੇ। ਉਹਨਾਂ ਨੇ ਵੀ ਕਹਿਣਾ ਕਿ ਮੈਂ ਅੱਜ ਵੀ ਉਸੇ ਤਰ੍ਹਾਂ, ਜੇ ਪਹਿਲਾਂ ਕੰਮ ਕਰੀ ਅੱਜ ਵੀ ਉਸੇ ਤਰ੍ਹਾਂ ਕੰਮ ਕਰੂੰਗੀ। ਪਰਿਵਾਰ ਦਾ ਪਹਿਲਾਂ ਵੀ ਜਿਵੇਂ ਸਪੋਰਟ ਸੀ ਇਸੇ ਦਾ ਸਪੋਰਟ ਰਹੂਗੀ। ਉਹ ਕਹਿੰਦੇ ਅਸੀਂ ਆਪਣੇ ਆਪ ਨੂੰ ਨਹੀਂ ਬਦਲਾਂਗੇ, ਅਸੀਂ ਉਸੇ ਤਰ੍ਹਾਂ ਰਵਾਂਗੇ ਗਰਾਊਂਡ ਜ਼ੀਰੋ 'ਤੇ। ਜਿਹੜੇ ਹਲਕੇ ਨੇ ਉਹਨਾਂ ਨੂੰ ਜਿਤਾਇਆ, ਉਸ ਹਲਕੇ ਵਿੱਚ ਲਾਭ ਸਿੰਘ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਜਾਊਗਾ ਅਤੇ ਨਾਲ ਉਹਨਾਂ ਦੇ ਅਸੀਂ ਸਪੋਰਟ ਕਰਾਂਗੇ। ਬਨਾੜ ਤੋਂ ਆਸ਼ੀਸ਼ ਸ਼ਰਮਾ, ਨਿਊਜ਼ 18 ਪੰਜਾਬ। ਤਾਂ ਲਵ ਸਿੰਘ ਉੱਗੋ ਕੇ ਇਸ ਸਮੇਂ ਪੰਜਾਬ ਦੇ ਵਿੱਚ ਤਾਂ ਖੂਬ ਚਰਚਿਤ ਨਾਮ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਚੋਣ ਜਿੱਤੀ ਅਤੇ ਹਰਾਇਆ ਮੁੱਖ ਮੰਤਰੀ ਨੂੰ, ਚਰਨਜੀਤ ਸਿੰਘ ਚੰਨੀ ਨੂੰ। ਹੁਣ ਅੱਗੇ ਵੱਧਦੇ ਹਾਂ ਅਤੇ ਗੱਲ ਆਮ ਆਦਮੀ ਪਾਰਟੀ ਦੀ ਕਰਾਂਗੇ ਔਰ ਗੱਲ ਹੋਵੇਗੀ ਹਿਮਾਚਲ ਪ੍ਰਦੇਸ਼ ਦੀ। ਅਤੇ ਪੰਜਾਬ ਦੀ ਚੋਣ ਜਿੱਤਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਨਜ਼ਰ ਪਹਾੜਾਂ ਵਾਲੇ ਪਾਸੇ ਹੈ ਕਿਉਂਕਿ ਇਸੇ ਸਾਲ ਆਖਿਰ ਦੇ ਵਿੱਚ, ਇਸ ਸਾਲ ਦੇ ਆਖਿਰ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣ ਹੋਣੀ ਹੈ ਔਰ ਹਿਮਾਚਲ ਦੇ ਵਿੱਚ ਆਮ ਆਦਮੀ ਪਾਰਟੀ ਹੁਣ ਆਪਣੀ ਜ਼ੋਰ ਅਜ਼ਮਾਇਸ਼ ਕਰਦੀ ਨਜ਼ਰ ਆਏਗੀ। ਹਿਮਾਚਲ ਦੇ ਵਿੱਚ ਪੰਜਾਬ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ, ਜਿੱਤ ਦੇ ਜਸ਼ਨ ਦੇ ਵਿੱਚ ਸਤੇਂਦਰ ਜੈਨ ਵੀ ਸ਼ਾਮਲ ਹੋਏ ਅਤੇ ਦਾਅਵਾ ਕੀਤਾ ਗਿਆ ਕਿ ਸਾਰੀਆਂ 68 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਹਿਮਾਚਲ ਦੇ ਵਿੱਚ ਇਲੈਕਸ਼ਨ ਲੜੇਗੀ। ਅਤੇ ਇਹ ਵੀ ਸਤੇਂਦਰ ਜੈਨ ਕਹਿੰਦੇ ਨਜ਼ਰ ਆਏ ਕਿ ਸਾਡਾ ਮੁਕਾਬਲਾ ਕਾਂਗਰਸ ਦੇ ਨਾਲ ਨਹੀਂ ਹੋਣਾ, ਹਿਮਾਚਲ ਸਾਡਾ ਮੁਕਾਬਲਾ ਹੋਏਗਾ ਬੀਜੇਪੀ ਦੇ ਨਾਲ। ਸਾਲ ਦੇ ਅਖੀਰ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਅਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਤੋਂ ਬਾਅਦ ਫੋਕਸ ਹਿਮਾਚਲ ਦੇ ਉੱਤੇ ਵੀ ਕਰਦੀ ਹੋਈ ਨਜ਼ਰ ਆਈ। ਸਰ, ਤਿਆਰੀ ਤੋਂ ਜ਼ਬਰਦਸਤ ਆਪਣੇ ਪੰਜਾਬ ਮੈਂ ਕੀ, ਲੇਕਿਨ ਯਹਾਂ ਪਰ ਸਥਿਤੀ ਇਹ ਹੈ ਕਿ ਉੱਤਰਾਖੰਡ ਔਰ ਹਿਮਾਚਲ ਕੇ ਪਹਾੜ ਇੱਕ ਜੈਸੇ ਹੈ। ਦੇਖੋ, ਐਸਾ ਹੈ, ਆਮ ਆਦਮੀ ਪਾਰਟੀ ਦਿੱਲੀ ਸੇ ਸਟਾਰਟ ਹੋਈ ਔਰ ਦਿੱਲੀ ਕੇ ਬਾਅਦ ਪੰਜਾਬ ਜੀਤ ਕੇ ਦਿਖਾਇਆ। ਇਸ ਦੇਸ਼ ਕੇ ਅੰਦਰ ਆਜ ਸਿਰਫ ਐਸੀ 3 ਪਾਰਟੀਆਂ ਹੈ ਜਿਨਕੀ 2 ਰਾਜਿਓ ਮੇ ਸਰਕਾਰੇ ਹੈ, 2 ਜਾਂ 2 ਸੇ ਜ਼ਿਆਦਾ ਰਾਜਿਓ ਮੇ ਸਰਕਾਰੇ ਹੈ। तो मुझे लगता है कि आम आदमी पार्टी धीरे धीरे अपने कदम बढ़ा रही है और धीरे धीरे सब जगह जीतेंगे। हमने पूरा फोकस पंजाब पे किया था, पंजाब के अंदर अनएक्सपेक्टेड रिजल्ट आए हैं। लोगों को, किसी को, आपको भी नहीं लगता होगा कि हम, पहली बार तो जीतने का किसी को नहीं लगता था, आखिर में जाके कहने लगे हाँ जी नंबर 1 पे पार्टी आएगी, जीत नहीं पाएगी, सब लोग यही कहते। पर ऐसी जीत दर्ज की है, 92 सीटें आई हैं 117 में से, जो कि आज तक इतिहास में कभी हुआ नहीं था पंजाब के अंदर। अब हमारा सारा फोकस पंजाब के बाद हिमाचल पे होगा और बीजेपी और कांग्रेस दोनों को हटा के इस पर आम आदमी पार्टी की सरकार। हिमाचल में क्या विजन लेकर आए हैं? 1985 के बाद आज तक तो ये नहीं हुआ कि 2 पार्टियों के अलावा किसी तीसरा विकल्प जो है जनता ने चुना हो। एक्चुअली में जनता के लिए यही त्रासदी है कि एक बार वोट दिया बीजेपी को, उसने काम नहीं किया तो उसको बदल दिया, तो कांग्रेस को दे दिया, कांग्रेस आ गई, फिर कांग्रेस को बदल दिया तो बीजेपी आ गई। अरे भाई, इसने भी तंग किया, उसने भी तंग किया, उनको बदलते हैं परंतु वो किसी को पॉजिटिव वोट नहीं दे रहे हैं। अब आम आदमी पार्टी आ रही है पॉजिटिव वोट के लिए। देश के अंदर पंजाब में हमने पहली बार एक ऐसी पार्टी आई जिसने काम पर वोट मांगा। बाकी पार्टियाँ काम पर वोट नहीं मांगती, एक दूसरे को कहते हैं कि ये खराब है, मैं अच्छी हूँ, ये अच्छा है। हमने कहा भाई, अच्छा बुरा कुछ नहीं है, हम आपको ये काम करेंगे। दिल्ली में किया था, करके दिखाया था, दिल्ली का मॉडल सामने है। अब हम हिमाचल में भी काम पे वोट मांगेंगे, जनता से कहेंगे भी अब काम कराना है तो हमें वोट दीजिए, वही दिल्ली मॉडल, दिल्ली और अब तो पंजाब भी आ रहा है, दोनों का सामने। अच्छा, मिशन रिपीट की बात कर रहे हैं मुख्यमंत्री जयराम ठाकुर और कांग्रेस का कह रही है कि मुकाबला जो है भाजपा के साथ है और वही सरकार बनाएंगे, आपका प्रतिद्वंदी कौन है, भाजपा या कांग्रेस? देखिए, सरकार भाजपा की है, वही उसी को चैलेंज करना है और हमें पूर्ण विश्वास है कि भाजपा को हम हरा पाएंगे।
आम आदमी पार्टी हुण बाकी सूबे दे विच वी फोकस करदी होई लाजमी तौर ते नजर आएगी, क्योंकि इस बार आम आदमी पार्टी दा फोकस खास तौर ते पंजाब दे उत्ते सी, उत्तराखंड ते वी सी ते गोवा दे विच वी सी, पर हुण हिमाचल दे विच वी चोणां हुण जा रहीआं ने ते उस वाले पासे वी आम आदमी पार्टी जाण दा मन बना रही है। छोटा जिहा ब्रेक।